ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਸੇਵਕ ਸਿੰਘ ਧੂਰਕੋਟ ਤੋਂ, ਜੋ 2012 ਦੇ ਵਿੱਚ ਇੱਕ ਪਖੰਡੀ ਸਾਧ ਸੂਰਜਮੁਨੀ ਨੇ ਰਾਜਸਥਾਨ ਪੀਲੀਆਂ ਵੰਗਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਸੀ। ਉਸ ਕੇਸ ਦੇ ਵਿੱਚ ਨਾਲ ਉਹ ਕੇਸ ਦੇ ਵਿੱਚ ਮੈਂ ਵੀ ਸੰਬੰਧ 'ਚ ਵਿੱਚ ਸੀ। ਅਤੇ ਅੱਜ ਜੋ ਮੇਰੀ ਸਿਸਟਰ ਦੀ ਮੈਰਿਜ ਆ 16 ਅਕਤੂਬਰ ਦੇ ਆਨੰਦ ਕਾਰਜ ਨੇ, ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਵੀਰ ਸਿੰਘ ਜੀ ਵੈਂਸ, ਸਿੱਖ ਰਿਲੀਫ UK ਇੰਗਲੈਂਡ ਦੀ ਟੀਮ, ਉਹਨਾਂ ਵੱਲੋਂ ਵਿਆਹ ਦੇ ਮੌਕੇ 'ਤੇ, ਆਨੰਦ ਕਾਰਜਾਂ ਦੇ ਮੌਕੇ 'ਤੇ ਵਿਆਹ ਵਾਸਤੇ ਮੇਰੀ ਹੈਲਪ ਕੀਤੀ ਜਾ ਰਹੀ ਹੈ ਜੀ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਮੁੱਚੀ ਟੀਮ ਦਾ। ਅਗਾਂਹ ਵਾਸਤੇ ਵੀ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਰੀ ਹੀ ਟੀਮ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ 'ਚ ਬਖਸ਼ੇ, ਜੋ ਕਿ ਸਰਦਾਰ ਵੈਂਸ ਸਾਹਿਬ ਜਿੰਨੇ ਵੀ ਸਾਡੇ ਜੇਲ੍ਹਾਂ 'ਚ ਬੰਦ ਨੇ, ਉਹਨਾਂ ਵਾਸਤੇ ਉਹਨਾਂ ਦੇ ਕੇਸਾਂ ਦੀ ਪੈਰਵਾਈ, ਉਹਨਾਂ ਦੇ ਪਰਿਵਾਰਾਂ ਦੇ ਹੋਰ ਖਰਚੇ ਜਿੰਨਾ ਹੁੰਦਾ ਵੱਧ ਤੋਂ ਵੱਧ ਉਹ ਕਰਦੇ ਨੇ। ਮੇਰੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ, ਇਹਨਾਂ ਦਾ ਭਾਈ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ, ਤਾਂ ਜੋ ਪੰਜਾਬ ਦੇ ਵਿੱਚ ਜੋ ਸਭ ਕੁਝ ਤੁਸੀਂ ਜਾਣਦੇ ਹੋ ਕਿੱਦਾਂ ਸਾਡੇ ਜੁਝਾਰੂ ਪਰਿਵਾਰਾਂ ਦੇ ਗਰੀਬ ਘਰ ਬਿਲਕੁਲ ਵੀ, ਅਤੇ ਜੋ ਕਮਾਈ ਕੋਈ ਉਹਨਾਂ ਕੋਲ ਕਮਾਈ ਦਾ ਸਾਧਨ ਨਹੀਂ, ਹਰ ਇੱਕ ਨੂੰ ਕਮਾਈ ਦਾ ਸਾਧਨ ਕਰਕੇ ਦਿੰਦੇ ਨੇ, ਜਿੰਨਾ ਹੋ ਸਕਦਾ ਵੱਧ ਤੋਂ ਵੱਧ ਇਹ ਸਾਥ ਦਿੰਦੇ ਆ ਜੀ। ਮੈਂ ਆਪਦੇ ਵੱਲੋਂ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।